और आज तो भाई दिन पता नहीं क्या चढ़े यार। फोन जोड़ा गाहक है ना, पर चेप देना कुछ ना कुछ, ठीक है ना। नवी चाहिए ਇਹ ਵੀ ਮੈਂ ਨਵੀਂ ਲਈ ਸੀਗੀ। ਮੈਂ ਇਹ ਸਟ੍ਰੈਚੇਬਲ ਲਿਵਾਈਸ ਦੀ ਆ ਭਾਜੀ ਇਹ। ਅੱਛਾ ਲਿਵਾਈਸ ਦੀ ਆ, ਮਾੜੀ ਤੇਰੀ 3500 ਦੀ ਆ ਵੀਰੇ। ਕੀ ਬਾਤ, ਅੱਜ ਫਿਰ ਕਿੰਨੇ ਵਾਲੀ ਦਿੱਤੀ? 4000 ਵਾਲੀ ਦੇ ਦਈਏ। ਨਹੀਂ ਵੀਰੇ, ਮੈਂ ਮਹਿੰਗੇ ਕੱਪੜੇ ਲੈ ਲੈ ਕੇ ਨਾ ਹੁਣ ਥੋੜਾ ਗਰੀਬ ਜਿਹਾ ਹੋ ਗਿਆ ਵਾਂ, ਤੇ ਤੁਸੀਂ ਮੈਨੂੰ ਕੋਈ ਪੈਂਟ ਦਿਖਾ ਦਿਓ ਵਧੀਆ ਜੀ। ਜੀਨ ਦੀ ਲੈਣੀ ਆ? ਜੀਨ ਪੈਂਟ ਲੈਣੀ ਆ। ਆ ਲੈ ਵੀਰੇ ਇਹ, ਆ ਲੈ ਜੀਨ ਵੀਰੇ। ਸੌਰੀ ਯਾਰ, ਸੌਰੀ, ਇਹ ਨਾ ਐਕਚੁਅਲੀ ਥੋੜਾ ਜਿਹਾ ਨਾ ਦਿਖਾਇਆ ਕਰੋ, ਅੱਖ ਉੱਖ ਤੇ ਵੱਜ ਜਾਂਦੀ ਹੈ। ਸਟ੍ਰੈਚੇਬਲ ਨਹੀਂ ਨਾ ਹੈਗੀ, ਸਟ੍ਰੇਟ ਫਿਟਿੰਗ ਹੈ ਨਾ, ਸਟ੍ਰੇਟ ਵੱਜਦੀ ਜਾ ਰਹੀ ਹੈ। ਪਾ ਕੇ ਦੇਖ ਲੈ, ਮਤਲਬ ਦੇਖਣਾ ਪੈਂਟ ਆਉਂਦੀ ਮੇਰੇ। ਇਹਨੂੰ ਪਾ ਕੇ ਨਾ ਤੁਸੀਂ ਭਾਜੀ, ਇਹ ਥੱਲੇ ਪਾਈ ਦੀ ਆ। ਅੱਛਾ, ਐਵੇਂ ਉਰਫੀ ਨਾ ਬਣੋ, ਥੱਲੇ ਪਾਓ। ਓਏ ਕੀ ਅਜੀਬ ਕਸਟਮਰ ਆਇਆ ਯਾਰ। ਭਾਜੀ ਇਹ ਨਾ ਸਿੰਪਲ ਜੀ ਆ, ਥੋੜੀ ਕੱਟ ਛੱਟ ਵਾਲੀ ਦੋ। ਲੈ ਚਾਕੂ ਲਿਆ ਯਾਰ। ₹1100 ਕਿੰਨਾ ਬਜਟ ਆ ਭਾਜੀ, ਦੱਸੋ ਫਿਰ ਉਸ ਹਿਸਾਬ ਨਾਲ ਚੀਜ਼ ਦਿਖਾਣੇ ਤੁਹਾਨੂੰ। ਬਜਟ ਮੇਰਾ ਵੀਰੇ, ਮੈਂ ਦੂਰੋਂ ਆਇਆ ਕਿਸੇ ਹੋਰ ਸ਼ਹਿਰ ਚੋਂ, ਕਿਰਾਇਆ ਕਰੂਆ ਲਾ ਕੇ ਆਇਆ, ਬੱਸ ਦਾ ਵੀ ਕਿਰਾਇਆ, ਆਟੋ ਦਾ ਵੀ ਕਿਰਾਇਆ, ਤੇ ਈ ਰਿਕਸ਼ਾ ਜਿਹੜੇ। ਮੈਨੂੰ ਲੱਗਦਾ ਤੁਹਾਡੇ ਤੋਂ ਪਹਿਲਾਂ ਕੋਈ ਕੀਤਾ ਕਿਰਾਇਆ ਜਿਹੜਾ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ। ਪਤਾ ਕੀ ਹੈ ਵੀਰੇ, ਮੈਨੂੰ ਕੋਈ ਜੀਨ ਦਿਖਾਓ ₹500 ਤੱਕ ਦੀ। ਕਿੰਨੇ? ₹500 ਤੱਕ ਦੀ। 500 ਦੀ ਜੀਨ? ਇੱਕੋ ਵਾਰ 'ਚ ਪੇਮੈਂਟ ਦੇ ਦੋਗੇ ਸਾਰੀ? ਨਹੀਂ ਵੀਰੇ, ਇੱਕੋ ਵਾਰ, ਜੇ ਇੱਕੋ ਵਾਰ ਫਿਰ ਮੈਨੂੰ 150 ਵਾਲੀ ਦੇ ਦਿਖਾ ਦਿਓ। ਅੱਛਾ, ਤੁਸੀਂ 500 'ਚ ਵੀ ਕਿਸ਼ਤਾਂ ਕਰਾਉਣੀਆਂ ਨੇ? ਕਿਆ ਬਾਤ ਆ ਭਾਜੀ, ਚਾਹ ਚਾਹ ਭਾਜੀ, ਚਾਹ ਮਨਾ ਕਰਦਾ ਤੁਹਾਨੂੰ ਮੈਂ? ਚਾਹ ਤਾਂ ਪੀ ਕੇ ਹੀ ਆਓਗੇ ਨਾ ਤੁਸੀਂ ਘਰੋਂ? ਦਿਖਾ ਦਿਓ ਵੀਰੇ, ਜੇ ਕੋਈ ਜੀਨ ਹੈਗੀ ਆ ਤਾਂ। ਕਿੰਨੇ ਵਾਲੀ? ਕਿੰਨੇ ਵਾਲੀ ਵੀਰੇ? ਮੈਨੂੰ 150 ਵਾਲੀ ਚਾਹੀਦੀ। 150 ਵਾਲੀ ਨਾ? ਮੇਰੇ ਕੋਲ ਕੈਸ਼ ਪੇਮੈਂਟ ਨਹੀਂ। ਲੈ ਲਓ, ਪੇਮੈਂਟ ਦਿਖਾਓ ਭਾਜੀ ਪਹਿਲਾਂ। 150 ਹੈਗਾ ਤੁਹਾਡੇ ਕੋਲ ਭਾਈ? ਬਾਰ ਬਾਰ ਥੁੱਕ ਨਾ ਲਾਓ, ਕਰੋਨਾ ਭਾਜੀ ਥੁੱਕ ਮੁੱਕ ਜਾਣਾ, ਇੰਨੇ ਨੋਟ ਗਿਣੀ ਜਾਂਦੇ ਹੋ। ਹੈਲੋ ਭਾਜੀ, ਭਾਜੀ ਕਦੇ ਕਦੇ ਨਾ 5-10 ਰੁਪਏ ਇੱਥੇ ਰੱਖ ਦੋ ਭਾਜੀ, ਹੱਥ ਨਾਲ ਲਾਈ ਧੁੱਕ ਲਈ, ਧੋ ਕੇ ਯੂਜ਼ ਕਰਾਂਗੇ। ਇਹਨੂੰ ਐਂ ਕਰ, ਇਹਨੂੰ ਨਾ ਇੱਦਾਂ ਲਪੇਟ ਕੇ, ਕਿਹੜੀ ਪੈਂਟ ਪਈ ਹੈ ਇਹ, ਇੱਦਾਂ ਰੱਖ ਲਾ। ਆ ਭਾਜੀ ਆਹ ਜਿਹੜੀ ਜੀਨ ਦੀ ਪੈਂਟ ਹੈ ਨਾ ਭਾਜੀ, ਤੁਹਾਡੇ ਨਾਲ 150 ਡਨ ਹੋ ਗਈ ਭਾਜੀ। ਤੁਸੀਂ ਨਾ ਐਵੇਂ ਵਧੀਆ ਬੰਦੇ ਲੱਗਦੇ ਹੋ ਭਾਈ, ਤੁਸੀਂ ਬਹੁਤ ਵਧੀਆ ਬੰਦੇ ਲੱਗੇ ਵੀਰੇ ਮੈਨੂੰ, ਜਿਨ੍ਹਾਂ ਨੇ 150 ਰੁਪਏ ਦੇ ਵਿੱਚ ਇੱਕ ਜੀਨ ਦੀ ਪੈਂਟ ਵੇਚਤੀ ਮੈਨੂੰ। ਕਿਤੇ ਤੁਸੀਂ ਲੋਕਾਂ ਦੇ ਕੋਲੋਂ ਮਤਲਬ ਪੈਸੇ ਲੈਣੇ ਹੋ ਨਾ ਇੰਨੇ ਜ਼ਿਆਦਾ। ਬਸ ਹੁਣ ਮੇਰੀ ਗੱਲ ਸੁਣ ਲਓ, ਪੱਕੀ ਡੀਲ ਹੋ ਗਈ ਨਾ, ਪੈਸੇ ਆ ਗਏ, ਜੀਨ ਵੇਚ ਲਈ, ਆ ਜੀਨ ਕੱਢ ਦੋ ਬਸ। ਠੀਕ ਆ, ਅੱਜ ਤੋਂ ਬਾਅਦ ਤੁਸੀਂ ਇੱਥੋਂ ਹੀ ਕੱਪੜੇ ਲੈਣੇ, ਵਾਅਦਾ ਕਰਕੇ ਜਾਓ ਵੀਰੇ, ਮੈਂ ਤੁਹਾਡੇ ਕੋਲ ਕੱਪੜੇ ਲਊਂਗਾ। ਠੀਕ ਆ, ਤੁਸੀਂ ਮੈਨੂੰ ਆਹ ਜੀਨ ਪਾ ਕੇ ਨਾ, ਤੁਸੀਂ ਲੋਕਾਂ ਨੂੰ ਇਹ ਨਹੀਂ ਕਹਿਣਾ ਕਿ ਅਸੀਂ ਇੱਧਰ ਉੱਧਰੋਂ ਲਈ ਆ। ਮੈਂ ਮੇਰੇ ਵਧੀਆ ਲੱਗੇ ਭਾਈ, ਸਾਡੀ ਦੁਕਾਨ ਦਾ ਨਾਮ ਹੀ ਲੈਣਾ ਜਿੱਥੇ ਲੈਣਾ। ਹਾਂਜੀ ਹਾਂਜੀ, ਕੀ ਨਾਮ ਹੈ ਸਾਡੀ ਦੁਕਾਨ ਦਾ? ਦ ਨਿਊ ਸ਼ੇਡ। ਕੀ? ਦ ਨਿਊ ਸ਼ੇਡ। ਯੈਸ, ਇਹ ਆ ਲਓ ਭਾਜੀ ਪੈਂਟ ਜੀਨ ਆ ਭਾਜੀ। ਪਤਾ ਕੀ ਆ, ਇਟਾਲੀਅਨ ਸਟਾਫ ਆ ਭਾਜੀ, ਇਹ ਨਾ ਐਕਚੁਅਲੀ ਬਹੁਤ ਦੂਰੋਂ ਮੰਗਾਈ ਹੋਈ ਆ ਜੀਨ। ਤੁਸੀਂ ਹੱਥ ਲਾ ਕੇ ਦੇਖੋ ਕੱਪੜੇ ਨੂੰ ਭਾਜੀ, ਬਹੁਤ ਵਧੀਆ ਕੁਆਲਿਟੀ। ਅੱਛਾ, ਇਹ ਮਤਲਬ ਪਾਣੀ ਦੇ ਵਿੱਚ ਡਬੋ ਕੇ ਰੱਖੋ, ਕੱਲ ਤੱਕ ਵੱਡੀ ਹੋ ਜੂਗੀ ਉਹ ਪੈਂਟ ਆ ਨਾ? ਇਹ ਭਾਜੀ ਗੂੰਦ ਕਤੀਰਾ ਥੋੜੀ ਆ, ਪੈਂਟ ਆ ਜੀਨ ਦੀ। 150 ਚ ਭਾਜੀ ਇੰਨੀ ਕੀ ਮਿਲਦੀ ਆ ਸਾਡੇ ਇੱਥੇ? ਭਾਜੀ ਮੈਂ ਇਹਨੂੰ ਇੱਥੇ ਕਰ ਰੱਖਾਂ ਇੱਥੇ ਇੱਥੇ, ਮਤਲਬ ਮੈਨੂੰ ਸਮਝ ਨਹੀਂ ਆ। ਇਹ ਭਾਜੀ ਜਿਹੜੀ ਚੀਜ਼ ਲਕੋਣੀ ਲਕੋ ਲਿਓ, ਜਿਹੜੀ ਦਿਖਾਣੀ। ਪਰ ਮੇਰੇ ਤੇ ਇੰਨੀ ਆਪਣਾ ਸੌਦਾ ਹੋ ਗਿਆ ਭਾਜੀ, ਹਨਾ ਪੈਸੇ ਸਾਹਮਣੇ। ਭਾਜੀ ਇਹ ਤੂੰ ਵੱਡਾ ਤਾਂ ਮੇਰਾ ਅੰਡਰਵੇਅਰ ਆ ਯਾਰ। ਮੈਂ ਭਾਜੀ ਉਹ ਵੀ ਸਾਡੇ ਕੋਲ 350 ਰੁਪਏ ਦਾ ਹੈ, ਤੁਸੀਂ 150 ਦੀ ਜੀਨ ਲੈਣ ਆ ਗਏ ਹੋ, ਘੈਂਟ ਗੱਲ ਕਰ ਭਾਜੀ। ਤੂੰ ਮੇਰੀ ਬਾਹ ਪਾਰ ਦੇਈ ਜਾਂਦੀ 10 ਲੈ। ਮੈਂ ਕਹਿੰਦਾ ਭਾਜੀ ਲੱਤ ਪਾਓ, ਬਾਹ ਪਾਓ, ਜੋ ਮਰਜ਼ੀ ਪਾਓ, ਆਪਣਾ ਸੌਦਾ ਹੋ ਗਿਆ ਭਾਜੀ। ਵੀਰੇ ਦੇਖ ਮੇਰੀ ਗੱਲ ਮੰਨ, ਮੇਰੀ ਗੱਲ ਤਾਂ ਸੁਣ ਵੀਰੇ, ਬਹੁਤ ਵਧੀਆ ਬੰਦਾ ਤੂੰ, ਸ਼ਾਬਾਸ਼।